ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਸੁਣ ਰਹੇ ਜੀ ਤੁਹਾਡਾ ਆਪਣਾ ਚੈਨਲ ਇਹਦਾ ਪੰਜਾਬੀ, ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਗੁੱਡ ਨਿਊਜ਼ ਲੈ ਕੇ ਆਇਆ ਜੀ। ਖੁਸ਼ਖਬਰੀ ਗੁੱਡ ਨਿਊਜ਼ ਇਹ ਹੈ ਜੀ ਕਿ ਪਹਿਲਾਂ ਤੁਸੀਂ ਇਟਲੀ ਦੇ ਵਿੱਚ ਕੱਚੇ ਸੀ, ਪੱਕੇ ਹੋਣ ਦੇ ਲਈ ਤੁਹਾਡੇ ਕੋਲ 15 ਜੁਲਾਈ 2020 ਤੱਕ ਦਾ ਟਾਈਮ ਸੀ। 1 ਜੂਨ ਤੋਂ ਪੇਪਰ ਇਟਲੀ ਦੇ ਵਿੱਚ ਖੁੱਲ੍ਹ ਚੁੱਕੇ ਨੇ, ਪਰ ਹੁਣ ਜਿਹੜਾ ਟਾਈਮ ਹੈ ਜੀ 15 ਅਗਸਤ ਤੱਕ ਹੋ ਗਿਆ ਜੀ, ਕਿਉਂਕਿ ਪੇਪਰ ਬਹੁਤ ਹੀ ਘੱਟ ਪਾਰ ਹੋ ਰਹੇ ਨੇ, ਇਸ ਕਰਕੇ ਇਸ ਮਿਤੀ ਨੂੰ ਮਨਿਆਦ ਨੂੰ ਵਧਾ ਦਿੱਤਾ ਗਿਆ ਜੀ। ਹੁਣ ਤੁਹਾਡੇ ਕੋਲ 1 ਮਹੀਨਾ ਐਕਸਟਰਾ ਆ, 1 ਜੂਨ ਤੋਂ ਲੈ ਕੇ 15 ਅਗਸਤ ਤੱਕ ਤੁਹਾਡੇ ਕੋਲ ਟਾਈਮ ਹੈ ਜੀ ਪੇਪਰਾਂ ਨੂੰ ਜਮ੍ਹਾਂ ਕਰਾਉਣ ਦੇ ਲਈ। ਹੋਰ ਵੀ ਬਹੁਤ ਸਾਰੀਆਂ ਬੋਨਸ ਕੋਲ ਵਦਾਂਤੀ ਕੋਸ ਤੋਂ ਮਸਕਰੀ ਨੇ ਰੈਦੀ ਤੋਂ ਦੀ ਐਮਰਜੈਂਸਾ, ਇਹਨਾਂ ਸਾਰਿਆਂ ਦੀਆਂ ਮਨਿਆਦਾਂ ਵਧਾ ਦਿੱਤੀਆਂ ਗਈਆਂ ਨੇ। ਆਪਾਂ ਨੂੰ ਜਿਹੜੀ ਮੇਨ ਜਿਹੜੀ ਚੀਜ਼ ਸਾਨੂੰ ਲੋੜ ਹੈ ਜੀ ਉਹ ਹੈਗੀ ਕੱਚੇ ਬੰਦਿਆਂ ਨੂੰ ਪੱਕੇ ਹੋਣ ਵਾਲੀ। ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ, ਜਿਸ ਤਰ੍ਹਾਂ ਕਿ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸੇ ਕਿਸੇ ਪਾਸੇ ਜਿਹੜੇ ਸੀਜਲ ਵਾਲੇ ਨੇ ਜਾਂ ਪਾਤਰੂਨਾਂ ਤੋਂ ਵਾਲੇ ਨੇ ਉਹ ਇਸ ਤਰ੍ਹਾਂ ਕਹਿ ਰਹੇ ਨੇ ਕਿ ਪੇਪਰ ਨਹੀਂ ਖੁੱਲ੍ਹੇ। ਕਈ ਵਾਰ ਇੱਦਾਂ ਵੀ ਹੋ ਸਕਦਾ ਕਿ ਮਿਸ ਇਨਫੋਰਮੇਸ਼ਨ ਹੁੰਦੀ ਹੈ, ਕਿਉਂਕਿ ਸਾਰਿਆਂ ਨੂੰ ਪਤਾ ਕਿ 1 ਜੂਨ 2020 ਦੇ ਪੇਪਰ ਅਪਲਾਈ ਹੋਣੇ ਸ਼ੁਰੂ ਹੋ ਗਏ ਨੇ, ਪਰ ਫਿਰ ਵੀ ਜੇ ਕਿਸੇ ਪਾਸੇ ਇੱਦਾਂ ਦੀ ਤੁਹਾਨੂੰ ਗੱਲਬਾਤ ਦਾ ਸਾਹਮਣਾ ਕਰਨਾ ਪੈਂਦਾ ਜੀ, ਤਾਂ ਤੁਸੀਂ ਸਾਨੂੰ ਉਹ ਲਿਸਟ ਵਿੱਚ ਨਾਮ ਲਿਖ ਕੇ ਜ਼ਰੂਰ ਦੇ ਦਿਉ। ਅਸੀਂ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿ ਕਿਉਂ ਇੱਦਾਂ ਕਹਿ ਰਹੇ ਨੇ, ਕਿਉਂਕਿ ਕਈ ਵਾਰ ਇਹ ਵੀ ਹੋ ਸਕਦਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਿਸ ਇਨਫੋਰਮੇਸ਼ਨ ਹੋ ਸਕਦੀ ਹੈ, ਹੋ ਸਕਦੀ ਤੁਹਾਨੂੰ ਦੱਸਣ ਜਾਂ ਉਹਨਾਂ ਨੂੰ ਸਮਝਾਉਣ ਦੇ ਵਿੱਚ ਭੁਲੇਖਾ ਪਿਆ ਹੋਵੇ। ਅਤੇ ਅੱਜ ਦਾ ਅਪਡੇਟ ਇਹੀ ਹੈ ਜੀ, ਮਿਲਾਂਗੇ ਆਪਣੇ ਬਾਅਦ ਦੇ ਅਪਡੇਟ ਦੇ ਵਿੱਚ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਸੀ ਕੁਲੇਸ਼ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਬਾਈਲ ਲਈ ਐਪਲੀਕੇਸ਼ਨਾਂ ਬਣਾਇਆ ਹੋਇਆ ਹੁਣ ਹੋਰ ਵੀ ਸੌਖਾ ਜੀ। ਆਪਣਾ ਯੂਟਿਊਬ ਉੱਤੇ ਇੱਕ ਨਵਾਂ ਚੈਨਲ ਖੋਲ੍ਹਿਆ ਜੀ, ਜਿਹਦਾ ਨਾਮ ਹੈ ਰਿਐਕਟ ਨੈਟਿਵ ਟੂਟੋਰੀਅਲਸ। ਇਹਦੇ ਉੱਤੇ ਤੁਸੀਂ ਜਾ ਕੇ ਸਿੱਖ ਸਕਦੇ ਹੋ ਜੀ ਕਿਸ ਹਿਸਾਬ ਦੇ ਨਾਲ ਆਈਫੋਨ, ਐਂਡਰੋਇਡ, ਸੈਮਸੰਗ ਜਿਹੜੇ ਵੀ ਫੋਨ ਨੇ ਇਹਨਾਂ ਲਈ ਤੁਸੀਂ ਐਪਲੀਕੇਸ਼ਨਾਂ ਬਣਾ ਸਕਦੇ ਹੋ। ਅਤੇ ਇਹ ਸਭ ਸਿੱਖਣ ਦੇ ਲਈ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਜੀ, ਤਾਂ ਜੋ ਹਰ ਰੋਜ਼ ਤੁਹਾਡੇ ਤੱਕ ਨਵੀਂ ਵੀਡੀਓ ਪਹੁੰਚ ਸਕੇ। ਜੇਕਰ ਤੁਸੀਂ ਵੀ ਸਾਡੇ ਚੈਨਲ ਉੱਤੇ ਮਸ਼ਹੂਰੀ ਕਰਨਾ ਚਾਹੁੰਦੇ ਹੋ ਜੀ, ਐਡ ਦੇਣਾ ਚਾਹੁੰਦੇ ਹੋ ਆਪਣੀ ਕਿਸੇ ਵੀ ਕੰਮ ਦਾ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਮੈਂਟ ਦੇ ਵਿੱਚ, ਜਾਂ ਫਿਰ ਜਿਹੜਾ ਸਾਡਾ ਫੇਸਬੁੱਕ ਦਾ ਪੇਜ ਹੈ ਜੀ facebook.com/ਇਤਾ ਪੰਜਾਬੀ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਇਤਾ ਪੰਜਾਬੀ ITA ਪੰਜਾਬੀ ਕਿਉਚੁਲਾ gmail.com ਉੱਤੇ ਸਾਡੇ ਨਾਲ ਈਮੇਲ ਕਰ ਸਕਦੇ ਹੋ ਜੀ।